ਕਿਵੇਂ ਦੇਖਦੇ ਹਨ ਨਵਜੋਤ ਸਿੱਧੂ? ਹੁੰਦਾ ਪਜਾਮਾ ਸੰਤੋ ਦੇ, ਪਜਾਮੇ ਤੋਂ ਪਸੰਦ ਨੀ ਆਉਂਦਾ ਸੰਤੋ, ਥੱਲੋ ਤੰਗ ਤਾਂ ਨੀ ਹੁੰਦਾ ਪਜਾਮਾ ਲੈਣ ਚ, ਆਇਆ ਚ ਕਰਕੇ ਤੁਰਦਾ, ਇਹ ਕੋਈ ਬੰਦਿਆਂ ਦੀ ਗੱਲ, ਆਇਆ ਕਰਕੇ ਤੁਰਨਾ ਨਾ ਉਹ ਨੀ ਕਿਸੇ ਕੰਮ ਦਾ ਬੰਦਾ। ਤੁਹਾਡੇ ਉਮੀਦਵਾਰ ਆ ਕਾਂਗਰਸ ਸਿੱਧੂ ਮੂਸੇ ਵਾਲਾ, ਉਹ ਕਿਵੇਂ ਆ? ਉਹ ਤਾਂ ਯਾਰ ਹੈਗੇ ਨਚਾਰਾਂ ਲਵੇ, ਇਹਨਾਂ ਨੇ ਕਲਿਪ ਕੱਢਣ ਪਾਉਣ ਨੂੰ ਕੀ ਹੁੰਦਾ, ਉਹ ਕਹਿੰਦਾ ਫੈਨ ਬਹੁਤ ਆ, ਤੁਸੀਂ ਫੈਨ ਆ ਉਹਦੇ? ਨਾ ਸੀ ਕੋਈ, ਅਸੀਂ ਲਾ ਚੰਨੀ ਦੀ ਚੰਡੀਗੜ੍ਹ ਕੋਠੀ ਸੀ, ਬਿਨਾਂ ਮਨਜ਼ੂਰੀ ਤੋਂ ਉਹਨੇ ਆਪਦੀ ਸੜਕ ਬਣਾਈ ਸੀ ਨਾ, ਪੱਟਤੀ ਸੀ ਨਾ ਯਾਰ, ਇਹਨੂੰ ਮੁੱਖ ਮੰਤਰੀ ਬਣਾਤਾ ਜਿਹਨੂੰ ਕਾਨੂੰਨਾਂ ਦਾ ਪਤਾ ਨੀ। ਉਹ ਤਾਂ ਕਹਿੰਦਾ ਸਾਰਾ ਮਾਨਸਾ ਮੇਰੇ ਨਾਲ, ਉਹਦੇ ਨਾਲ ਤਾਂ ਯਾਰ ਸਾਰਾ ਪਾਕਿਸਤਾਨ ਵੀ ਹੈ ਛੱਡ ਖੇੜਾ। ਸਿੱਧੂ ਨੂੰ ਆਹ ਪੁੱਛ ਲੋ ਮੂਸੇ ਵਾਲੇ ਨੂੰ ਵੀ ਕੋਈ ਆਇਆ ਠੂਠਾ ਜਦੋਂ ਸੀਗਾ, ਉਹ 20,35,000 ਦੇ ਕੇ ਕਹਿੰਦੇ ਲੋਕ ਫੇਰ ਵੀ ਨੀ ਆਏ। ਹੋਏ ਅਸੀਂ ਚੰਗੇ ਨਾ ਇਨਸਾਨ ਕੁੜੇ, ਉਹਦੇ ਕੋਲ ਪੈਸਾ ਹੀ ਬਹੁਤ ਹੈ, ਸਾਰਾ ਕੁਛ ਹੀ ਬਹੁਤ ਹੈ। ਉਹ ਯਾਰ ਵੱਡੀ ਪੂਛ ਦੀ ਆਪਦੀਆਂ ਮੱਖੀਆਂ ਚੱਲੂ, ਜੇ ਕਿਸੇ ਦੀ ਵੱਡੀ ਪੂਛ ਆਪਦੀਆਂ ਮੱਖੀਆਂ ਚੱਲ ਸਕਦਾ, ਉਹਦੇ ਕੋਲੇ ਪੈਸਾ ਸੀ ਕੀ ਫੂਕਣਾ, ਅਸੀਂ ਤਾਂ ਆਪ ਨੰਗ ਹੋਏ ਬੈਠੇ ਆ, ਸਾਨੂੰ ਤਾਂ ਕੁਝ ਦਿੱਤਾ ਨੀ। ਵੋਟਾਂ ਪੈਣਗੀਆਂ ਇਲਾਕੇ ਚ ਕਿਨੂੰ? ਬੀਜੇਪੀ ਵਾਲਿਆਂ ਨੂੰ? ਨਾ ਨਾ, ਉਹਨਾਂ ਨੂੰ ਪਿੰਡਾਂ ਚ ਨੀ ਵੜਨ ਦਿੰਦੇ। ਕੈਪਟਨ ਕੱਲ ਦੀਆਂ ਫੀਮ ਖਾ ਕੇ ਮੁੱਛਾਂ ਨੂੰ ਵੱਟ ਦੇਣ ਜਾਣਦਾ, ਕੱਖ ਨੀ ਜਾਣਦਾ। ਵੀਰ ਬਾਦਲ ਵੀ ਕਹਿੰਦਾ ਸਰਕਾਰ ਬਣਾਉਣੀ 25 ਸਾਲ, ਸਿਰ ਦਾ ਗੱਪੀ, ਸਿਰ ਦਾ ਗੱਪੀ ਲੰਡੀਆਂ ਬਾਹਾਂ ਵਾਲਾ। ਤੂੰ ਜਾਣਦਾ ਬਸ ਚਲਾਉਣ, ਸਾਨੂੰ ਕੀ ਮਿਲਿਆ ਪੰਚਾ, ਤੂੰ ਬੁਣ ਲੈ, ਸਾਨੂੰ ਕੀ ਮਿਲਿਆ?